ਵੱਧਦਾ ਭਲਾ ਨਸ਼ਾ ਵਿਰੋਧੀ ਕਲੱਬ ਪਿੰਡ ਕਾਂਤ ਸਿੰਘ ਵਾਲਾ ਤੋਂ ਅਸੀਂ ਇਸ ਧਰਨੇ ਵਿੱਚ ਪੂਰਾ ਸਮਰਥਨ ਲੈ ਕੇ ਆਏ ਹਾਂ। ਅਸੀਂ ਲਾਸਟ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਜਿਹੜਾ ਛੱਡਿਆ ਬੰਦਾ ਸਲਾਖਾਂ ਪਿੱਛੇ ਨਹੀਂ ਦਿੰਦੇ ਅਸੀਂ ਨਹੀਂ ਉੱਠਣ ਵਾਲੇ। ਸਾਡੀਆਂ ਮੰਗਾਂ ਜਿੰਨਾ ਚਿਰ ਮੰਗਦੇ ਨਹੀਂ ਸੰਜਾ ਨਹੀਂ ਉੱਠਾਂਗੇ ਵੀਰ। ਇਹ ਮੈਂ ਇਹਨਾਂ ਚੀਜ਼ਾਂ ਤੋਂ ਨਾ ਘਬਰਾਵਾਂ ਤੇ ਨਾ ਮੈਂ ਡਰਾਂ ਇਹਨਾਂ ਤੋਂ, ਠੀਕ ਹੈ। ਸੱਚ ਮੈਂ ਸਾਹਮਣੇ ਲਿਆਉਣਾ ਹੈ, ਮੈਂ ਡਟ ਕੇ ਸਾਥ ਦੇਣਾ ਆਪਦੇ ਇਲਾਕੇ ਦਾ, ਠੀਕ ਹੈ। ਇਹ ਮੇਰੇ ਦੁਸ਼ਮਣਾਂ ਨੂੰ ਮੇਰੇ ਖਿਲਾਫ ਖੜਾ ਵੀ ਕਰਦੇ ਆ, ਕਾਫੀ ਜ਼ੋਰ ਲਾਉਂਦਾ ਪ੍ਰਸ਼ਾਸਨ। पर एस एच ओ पहला सही चलिया, जिन्ना चर सही चलिया असी सही चले। जेड़ा प्रशासन का कोई अधिकारी टेढ़ा चलता है असी डबल टेढ़े चलते हैं। साडा दीप सिंह वाले नूं वार आया है, साडे बंदे पिछे नहीं हटते, ना साडे नौजवान हटन, ना साडे बजुर्ग हटन, ते ना ही साडे मतलब कि जिन्हें भी छोटे भरा बच्चों तक असी डट के चलते हैं। आ सच्चाई जेड़े जेड़े वीर ने सुनी है, एक बारी डट के चकारा ला दो। कई तरह के पुलिस प्रोग्राम कराई है, सानू जिम्मेवार बंद सरपंच पंच मैंबर जिम्मेवार जिन्हें भी व्यक्ति उसे सद्या जाता, सद के पूछा जाता है कि किस तरह करप्शन रुक सकती है, किस तरह आदत जी पिंड कि खत्म किया जा सकता। उदो बड़ा आसा भी आता है कि जो लोग दसते हैं मिटल होकर कम भी दसते हैं तो गल पूरी नहीं होंगी, तो लोगों की आदत दुखड़िया भी पै जाए। कुछ कमजोर दिल वाले इन्होंने हादसों के पिछले हट के घरे बैठे शेमा दिखा नशे का वग रहा। ये मैं अच समझदा जो बंदा अज भी सियासत की गल करता है, जो सियासत दोटियां सेकदा, जो अपने हितों उत्ते रखता, उतो बेगुना बंदा मेरी निगाह च कोई, क्योंकि होर तगड़े होके नशा तस्कर के मगर लगते। दुख की गल यह है कि नशा तस्कर के हौसले पुलिस जान बुझ के वधा रही है, पुलिस इस तरह वधा रही है कि नशा तस्कर ने साडा एक नौजवान हर भगवान सिंह धर्मा पिंड शहीद किया। गला यह नहीं, पुलिस ने साडी लहर नूं दबाउण वास्ते झोटे नूं लगातार अंदर किया केस बना के, इत्थों दा सारे लोगों का दबाव है, बिना शर्त झोटे नूं रिहा करना पिया पुलिस नूं। ते मैं तुहानूं यकीन नाल कहिंदा ते असीं इत्थे बह गए ना, ते हुण पुलिस नूं कोई फैसला करना पऊगा। असीं इवें उठना नहीं, इह साडा जिद्दां किसी ने लिखिया ना ते छत नहीं छत कोई झाड़ ही डंगदा, असीं छत नाल उठे रहे हैं सारिआं दे नाल। असीं इहनां सारिआं ही ब्रेकियां दे नाल हुण इक पासा कर लैणा, हुण असीं लड़नी आ लड़ाई बह गए आके चौक दे विच, उस अपना पक्ष स्पष्ट करना पऊगा। आज चार दिन पहले की गल है, मैं लगता हरे डट के खड़ा गल बिल्कुल जायज है जी। ਤੁਸੀਂ ਗੁਰੂ ਸਾਹਿਬ ਦੇ ਟਾਈਮ ਪਿੱਛੇ ਸੰਗਤ ਨੂੰ ਦੇਖੋ, ਅਸੀਂ ਵੀ ਗੁਰੂ ਸਾਹਿਬ ਦੇ ਜਿਹੜਾ ਕੋਈ ਹੋਰ ਚੱਲ ਰਿਹਾ ਉਹਦੀ ਵੀ ਕੱਸਾਂਗੇ, ਮੈਨੂੰ ਥੋੜਾ ਸਮਾਂ ਦੇ ਦਿਓ, ਕੈਮਰੇ ਵੀ ਵਾਚ ਲਾਂਗੇ, ਤੇ ਜੇ ਕਿਸੇ ਮੁਲਾਜ਼ਮ ਦੀ ਦੋਸ਼ ਹੈ ਤਿੰਨ ਬੰਦਿਆਂ ਦਾ ਵਾਰ ਵਾਰ ਨਾਂ ਲੈ ਰਹੇ ਆ, ਮੈਂ ਉਹਨੂੰ ਵੀ ਐਗਜ਼ਾਮਿਨ ਕਰ ਲੂੰਗਾ, ਪਰ ਮੈਨੂੰ ਇਸ ਗੱਲ ਦਾ ਸਮਾਂ ਦੇ ਦਿਓ। ਸੋ ਮੈਂ ਇੰਨੀ ਗੱਲ ਕਹਿੰਦਾ, ਮੈਂ ਥੋੜੇ ਤੋਂ ਬੇਨਤੀ ਇਹ ਕਰੂੰਗਾ ਤੁਸੀਂ ਧਰਨਾ ਸਮਾਪਤ ਕਰ ਦਿਓ, ਤਿੰਨ ਦਿਨ ਬਾਅਦ ਜੇ ਕੋਈ ਐਕਸ਼ਨ ਨਾ ਹੋਇਆ ਤੇ ਮੈਂ ਇੱਥੇ ਆ, ਤੁਸੀਂ ਵੀ ਇੱਥੇ ਆ, ਆਪਾਂ ਸਾਰੇ ਅਸੀਂ ਵੀ ਸਾਰੇ ਰਾਏ ਕਰ ਲਓ, ਸਾਰੇ ਰਾਏ ਕਰ ਲਓ, ਅਸੀਂ ਵੀ ਸਾਡਾ ਵਾ ਅਸੀਂ ਢਾਸੀ ਵੀ ਰਾਏ ਕਰਕੇ ਸਾਰੇ ਆ, ਅਸੀਂ ਵੀ ਤੁਹਾਡਾ ਸੋ ਮਿੰਟ ਕੇ ਤੁਸੀਂ ਵੀ ਸਾਡਾ ਕਰੋ, ਤੁਸੀਂ ਰਾਏ ਕਰ ਲਓ, ਅਸੀਂ ਰਾਏ ਕਰਕੇ ਦੱਸਦੇ ਸਾਰੇ, ਮੈਂ ਇੱਥੇ ਹੀ ਖੜਾ ਜੀ। ਕਾਰੋਬਾਰ ਦੁਆਰੇ ਚੱਲੀ ਜਾਂਦਾ ਉਹ ਬੰਦੇ ਨੂੰ 600 ਗ੍ਰਾਮ ਦੇ ਨੇੜ ਚਿੱਟਾ ਰਾਤ, ਜਿਹੜੀਆਂ ਸਾਡੇ ਕੋਲ ਫੋਨ ਰਿਕਾਰਡਿੰਗਾਂ ਵੀਡੀਓ ਆ ਆਡੀਓ ਆ, ਜਿਹੜੇ ਤਸਕਰ ਜਿਹੜੇ ਮਿਲ ਕੇ ਨਿੱਕੇ ਤਸਕਰ ਪਿੰਡਾਂ 'ਚ ਜਾ ਕੇ ਸਪਲਾਈ ਕਰਦੇ ਸੀਗੇ, ਅਸੀਂ ਐਸਐਚਓ ਸਾਹਿਬ ਨੂੰ ਭੇਜ ਗਿਆ, ਪਰ ਸਾਡੀ ਉੱਥੇ ਸੁਣਵਾਈ ਨਹੀਂ ਹੋਈ, ਅਸੀਂ ਕਹਿਣ ਤੋਂ ਬਹੁਤ ਖਰਾਸੇ ਹੋਣਗੇ। ਦੇਖੋ ਜਿੱਥੇ ਰੁਪਈਏ ਚੜ ਜਾਂਦੇ ਆ ਉੱਥੇ ਉਹ ਖਰਾਸੇ ਵਿੱਚ ਗਏ, ਬੰਦਾ ਛੱਡਤਾ, ਬੰਦੇ ਘਰ ਨੂੰ ਚਲੇ ਗਏ, ਉਹਨੂੰ ਤੋੜਤਾ, ਨਹੀਂ ਜੀ ਉਹਨੂੰ ਸੱਤ ਖੋਜਾਂ ਕਰਕੇ ਤੋਂ ਮਾਰਨ ਮਿਲਿਆ, ਨਿੱਕਾ ਜਿਹਾ ਦਾਣਾ ਜਿਹਾ ਸੀਗਾ। ਤਿੰਨ ਚਾਰ ਵਾਰੀ ਤਸਕਰ ਫੜਾਏ ਅਸੀਂ, ਕਹਿਣਗੇ ਜੀ ਨਿੱਕਾ ਜਿਹਾ ਦਾਣਾ।
ਸੀ 300 ਗੋਲੀ ਫੜਾਈ ਅਸੀਂ ਉਹ ਜਿਹੜਾ ਸੁਖਨਾ ਨੇ ਉਹਨਾਂ ਦਾ ਐਸਆਈ ਆ ਉਹ ਮਨਜੀਤ ਉਹ ਚੱਕਿਆ 300 ਗੋਲੀ ਅਸੀਂ 10 ਵਾਈ ਕੇ ਉਹ ਨਹਿਰ ਤੋਂ ਫੜ ਲਿਆ ਬੰਦਾ ਤੇ ਕਹਿੰਦਾ ਆ ਜਾਓ ਯਾਰ ਬੰਦਾ ਫੜ ਲਿਆ ਬੰਦਾ ਛੱਡਣਾ ਛੇਤੀ ਆ ਜਾਓ ਮਗਰ ਅਸੀਂ ਕਿਹਾ ਕਿਹੜਾ ਲੈਣ ਕਿੰਗ ਹੈ ਉਹ ਜੀ ਉਹਨੇ ਛੱਡ ਤਾ ਮੇਰੇ ਆਉਂਦੇ ਨੂੰ ਜਦੋਂ ਅਸੀਂ ਮਗਰ ਕਹਿ ਨਹੀਂ ਉਹ ਤਾਂ ਉਹਦੇ ਕੋਲੋਂ ਨਿਕਲਿਆ ਕੁਛ ਨੀ ਉਹ ਤਾਂ ਇੱਕ ਸਿਰ ਦੁਖਦੇ ਦੀਆਂ ਗੋਲੀਆਂ ਸੀ ਐਵੇਂ ਬੰਨਾ ਆਇਆ ਸੀਗਾ ਤੇ ਕਹਿੰਦਾ ਭੁਲੇਖਾ ਲੱਗ ਗਿਆ ਤੁਹਾਨੂੰ ਜਿੱਥੇ ਰੁਪਈਏ ਬਣਦੇ ਆ ਇੱਕ ਮੁਰਛੀ ਆ ਉਹਨੂੰ ਇੱਕ ਦਵਾਨੀ ਦੀ ਅਕਲ ਨੀ ਬੋਲਣ ਦੀ ਉਹਦਾ ਮੈਂ ਨਾਂ ਨੀ ਜਾਣਦਾ ਉਹਦੀ ਰਿਕਾਰਡਿੰਗ ਹੈ ਦੂਜੇ ਮੁਰਛੀ ਆਪੇ ਦੱਸਣਗੇ ਜਦੋਂ ਮੁਰਛੀਆਂ ਦੇ ਗੇੜਾ ਚੜਾਇਆ ਆਪੇ ਦੱਸਣਗੇ ਇਹਨਾਂ ਨੂੰ ਸਾਡਾ ਮੇਰਾ ਮੋਬਾਈਲ ਨੀ ਚੱਕਦੇ ਕਿਉਂ ਰਾਤ ਨੂੰ ਉਹਨਾਂ ਨੂੰ ਪਤਾ ਵੀ ਰਾਤ ਨੂੰ ਉਹਨੇ ਕੋਈ ਤਸਕਰ ਦੱਸਣਾ ਜਾਂ ਕੋਈ ਨਸ਼ੇੜੀ ਹੋਣਾ ਜਾਂ ਕਿਸੇ ਦਾ ਘਰ ਬਾਰ ਜਿਹੜਾ ਕੋਈ ਤੋੜ ਜਿੰਦਾ ਜਾਣ ਕਣਕ ਕੱਢਣਾ ਚੋਰ ਛੱਡਾ ਉਹਨੇ ਪੈਸੇ ਰੱਖ ਕੇ ਸਹੀ ਤਾਂ ਕਿਹਾ ਬੰਦਾ ਸਹੀ ਤਾਂ ਕਿਹਾ ਬੰਦਾ ਸੀ ਏਡੀ ਵਾਲਾ ਵੀਰ ਖੜਾ ਇਹਨੂੰ ਪਤਾ ਸਾਰਾ ਮੈਂ ਖੜਾ ਤੁਹਾਨੂੰ ਆਹ ਮਈ ਨੀ ਦੱਸੋ ਤੁਸੀਂ ਮੁਲਾਜ਼ਮ ਹੋ ਤੁਹਾਡੇ ਪਿੰਡ ਕੀ ਹੋਇਆ ਹੋਇਆ ਕਿ ਨਹੀਂ ਹੋਇਆ ਇਹਨਾਂ ਨੇ ਪਿੰਡ ਚੋਰ ਬਿਲਕੁਲ ਛੱਡਿਆ ਸਾਹਿਬ ਨਾਲੇ ਮਹਿਕਮੇ ਦੇ ਵਿੱਚ ਨਾਲੇ ਸੀ ਏਡੀ ਚ ਇਹਨਾਂ ਦੇ ਪਿੰਡ ਚੋਰ ਨੇ ਕਣਕ ਇੱਕ ਕਿਸੇ ਨੇ ਨਹੀਂ ਛੱਡੀ ਲੋਕ ਨਰਮਾ ਚੁੱਪ ਲੱਗ ਕੇ ਸਾਰੇ ਕਣਕ ਦੇ ਡਰਮ ਸਾਫ ਕਰਤੇ ਉਹਨੂੰ ਫੇਰ ਛੱਡਤਾ ਕਹਿੰਦਾ ਸਾਈਕਲ ਲਿਓ ਜੀ ਇੱਕ ਕੱਟਾ ਕਣਕ ਦਾ ਲਓ ਕਣਕ ਦਾ ਗੱਟਾ ਇਹਨਾਂ ਨੇ ਰੱਖਣਾ ਸਹੀ ਕਿਹਾ ਦਾ ਸਾਈਕਲ ਉਹ ਤੇ ਪਾ ਕੇ ਗਾਂਹ ਤੋਰਦਾ ਕਣਕ ਦਾ ਗੱਟਾ ਰੱਖ ਸਕਦੇ ਜਿਹੜੇ ਇਹ ਕਿੱਥੋਂ ਤੱਕ ਗਿਰੇ ਹੋਣਗੇ ਇਹ ਤੁਸੀਂ ਮੇਰੇ ਭਰਾ ਦੱਸ ਦਿਓ ਮੈਨੂੰ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਆਪਣੇ ਇਲਾਕੇ ਨਾਲ ਸੀ ਵੀਰਾਂ ਨੂੰ ਇਹੀ ਬੰਦਾ ਰਾਤ ਨੂੰ ਮੰਗਿਆ ਸੀ ਤੁਸੀਂ ਕਿਵੇਂ ਕਹਿ ਰਹੇ ਹੋ ਕੀ ਮੰਗਿਆ ਸੀ ਵੀ ਇਹ ਬੰਦਾ ਜਿਹੜਾ ਤੁਸੀਂ ਫੜਿਆ ਸਾਨੂੰ ਦਿਓ ਸਾਡੀ ਲਿਸਟ ਚ ਸਾਡੀ ਲਿਸਟ ਤੇ ਪਰ ਅਸੀਂ ਉਰੇ ਆ ਕੇ ਦਿੱਤਾ ਸੀ ਦੇਖੋ ਮੇਰੀ ਇੱਕ ਮਿੰਟ ਗੱਲ ਸੁਣੋ ਉਹ ਸਹੀ ਇੱਕ ਗੱਲ ਤਾਂ ਬੱਚਾ ਜੀ ਸੌਂ ਖਾਇਆ ਜੇ ਚਿੱਟਾ ਨਹੀਂ 24000 ਦਾ ਖਾ ਗਿਆ ਤਾਂ ਚੌਂਕ ਜਾਵੇ ਤੁਸੀਂ ਸਾਨੂੰ ਕੋਈ ਸ਼ੱਕ ਨਹੀਂ ਝੂਠੇ ਮਾਰੇ ਜੀ ਇੱਕ ਸਰ ਤੁਸੀਂ ਇੱਕ ਸਾਨੂੰ ਝੂਠੇ ਮਾਰੇ ਹੋ ਬਿਲਕੁਲ ਸਰੇ ਉਹਨੂੰ ਠੋਕ ਕੇ ਕਹਿ ਰਹੇ ਹੋ ਪਰ ਮੈਨੂੰ ਫਾਇਲ ਲਾ ਦੋ ਜੀ ਠੋਕ ਹੋ ਜਾ ਕੇ ਤੁਸੀਂ ਸਾਡ ਲੈ ਰਹੇ ਹੋ ਕੋਈ ਤੁਸੀਂ ਇੱਥੇ ਗੇੜਾ ਦੇਣ ਆਏ ਸੀ ਤੁਸੀਂ ਆਪਣੇ ਕੰਮ ਆਏ ਸੀ ਜੇਕਰ ਜਦੋਂ ਸਾਡਾ ਧਰਨਾ ਚੱਕਿਆ ਜਾਊਗਾ ਸਾਨੂੰ ਉਹ ਆਦਿਆ ਸੀ ਆਪਦੇ ਬੱਚੇ ਦੀ ਸੌਂ ਖਾਣੇ ਨੂੰ 40000 ਦਾ ਚਿੱਟਾ ਇਹਨੂੰ ਸ਼ਰਿਆਂ ਨੂੰ ਦਿੱਤਾ ਸਾਡੇ ਕੋਲ ਕਾਲ ਰਿਕਾਰਡਿੰਗ ਹੈ ਜਿਹੜਾ ਪਿਛਲਾ ਚਿੱਟਾ ਉਹ ਵੀ ਖਾ ਗਿਆ 10 ਕਰੋੜ ਤੋਂ ਪੈਸੇ ਵੀ ਲੈ ਗਿਆ ਜਿਹੜੇ ਬੰਦੇ ਤੋਂ ਲੈਣਾ ਸੀ ਉਹਨਾਂ ਤੋਂ ਵੀ ਪੈਸੇ ਲੈ ਲਏ ਦੋ ਮੋਟਰਸਾਈਕਲ ਵੀ ਦੇ ਕੇ ਗਏ ਆ ਖਰਾਬ ਜਾਂ ਨਸ਼ਾ ਫਿਰ ਉਦੋਂ ਪਹਿਲਾਂ ਕਰ ਸਕਦੇ ਮੈਂ 100% ਕਾਰਵਾਈ ਕਰੂੰਗਾ ਤੁਸੀਂ ਮੈਨੂੰ ਸਬੂਤ ਦਿਓ ਮੈਂ ਥਾਣੇ ਚੱਲ ਕੇ ਬੈਠਾਂ ਤੁਸੀਂ ਮੇਰੇ ਕੋਲ ਥਾਣੇ ਦੇ ਥਾਣੇ ਦੇ ਕੈਮਰੇ ਨੂੰ ਕੋਈ ਕਢਾ ਰਹੇ ਸੀ ਥਾਣੇ ਦੇ ਕੈਮਰੇ ਖੋਲ ਸਕਦੇ ਤੁਸੀਂ ਮੈਂ ਖੋਲ ਸਕਦਾ ਨਾਲੇ ਇੱਕ ਵੀਡੀਓ ਹੋਈ ਜੀ ਨਾ ਜਦੋਂ ਤੁਸੀਂ ਉਹ ਨਾ ਖੋਲੇ ਉਹ ਤੋਂ ਬਾਅਦ ਬੈਠ ਕੇ ਵੇਖ ਲਾਂਗੇ ਹਾਂਜੀ ਉੱਥੇ ਬੈਠ ਕੇ ਵੇਖੋ ਤੁਸੀਂ ਭਾਈ ਸਾਹਿਬ ਉਹਨੂੰ ਵੇਖਣ ਤੇ ਕੋਈ ਸਮਾਂ ਵੀ ਲੱਗਦਾ ਉਹਨੂੰ ਥੋੜਾ ਜਿਹਾ ਸਮਾਂ ਲੱਗਦਾ ਤਾਂ ਹੀ ਤਾਂ 3 ਦਿਨ ਦਾ ਸਮਾਂ ਤੁਹਾਡੇ ਤੋਂ ਮੰਗ ਰਿਹਾ ਮੈਂ ਮੈਨੂੰ ਪਤਾ ਨਾ ਥਾਣਾ ਹੈ ਕਿਵੇਂ ਸਰ ਸਮਾਨ ਅੱਜ ਦੇ ਸਮੇਂ ਚ ਇਹ ਜਿਹਾ ਨਹੀਂ ਹੈ ਜਿਹੜਾ ਕਿਸੇ ਦਾ ਜੁੱਤਾ ਛੱਡ ਕੇ ਆਪਦੀ ਨੌਕਰੀ ਦਾਅ ਤੇ ਲਾਊਗਾ ਹਰਵਿੰਦਰ ਜੋ ਸਮਾਂ ਇੱਕ ਮਿੰਟ ਗੱਲ ਸੁਣ ਜੋ ਸਮਾਂ ਚੱਲ ਰਿਹਾ ਕੋਈ ਪੁਲਿਸ ਵਾਲਾ ਇਹ ਨਹੀਂ ਇਹ ਮੈਂ ਤੁਹਾਡੀ ਬੇਈ ਮੈਂ ਤੁਹਾਨੂੰ ਗੁਜ਼ਾਰਿਸ਼ ਕਰ ਰਿਹਾ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਸਰ ਮੈਂ ਮੌਕੇ ਦਾ ਗਵਾਹ ਸੀ ਮੈਂ ਦੇਖਿਆ ਇਹ ਨਹੀਂ ਕਰਦਾ ਜੀ ਮੈਂ ਚੈੱਕ ਕਰ ਸਾਰੇ ਸਾਰੇ ਇੱਕ ਮਿੰਟ ਤੁਸੀਂ ਮੈਨੂੰ ਮੈਂ ਕੋਈ ਵੀਡੀਓ ਬਣਾਈ ਸੀ ਕਿਹੜੇ ਮੁੰਡੇ ਕੋਲੇ ਦੱਸੋ ਬਈ ਮੁਰਸੀਆਂ ਦੇ ਟੇਬਲ ਤੇ ਵੀਡੀਓ ਬਣਾਈ ਸੀ ਜੋ ਚਿੱਟੇ ਨੇ ਗੰਢ ਖੋਲੀ ਆ ਐਸਐਚਓ ਸੋਹ ਨੂੰ ਮੈਂ ਗੱਲ ਕਰਾਈ ਆ ਹਰਵਿੰਦਰ ਦੀ ਦੱਸੋ ਕਿਹੜੇ ਕਿਹੜੇ ਬੰਦੇ ਕੋਲੇ ਸੀ ਮੈਂ ਤੁਹਾਨੂੰ ਆਪਾਂ ਚਿੱਟੇ ਨੂੰ ਸਿਰ ਨੂੰ ਹੋਣੇ ਵੀ ਖਾ ਲਈਏ ਸਾਰੇ ਲੋਕਾਂ ਦੀ ਮੈਂ ਕਹਿੰਦਾ ਜੀ ਹੋ ਸਕਦਾ ਤੁਸੀਂ ਕਿਸੇ ਛੋਟੀ ਗੰਢ ਦੀ ਪਤਾ ਨਹੀਂ ਗੱਲ ਕਰਦੇ ਹੋ ਮੈਂ ਕਿਹਾ ਜੀ ਉਹ ਗੰਢ ਛੱਡੋ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਸੀਂ ਸਾਰੇ ਸਰਦਾਰ ਗੰਢ ਸੁਣ ਲਓ ਕੀ ਆ ਇੰਨੇ ਪੰਜ ਪਿੰਡਾਂ ਦੀ ਪੰਚਾਇਤ ਝੂਠ ਮਾਰਦੀ ਉਹਦੇ ਜਵਾਬ ਝੂਠੇ ਕਰਦੇ ਲੈ ਕੇ ਚੱਲ ਜੇ ਪੰਜ ਪਿੰਡਾਂ ਦੀ
दलीप सिंह सी चिराग सिंह दा मुंडा दा घर खत्म हो गया प्रवान करो तो मैं कल सवेर तो इस गल काम शुरू कर दी कोई रिकवरी कर सको उन्होंने परचा देवरी कर जो सबूत हो जाए फिर तीन मुलाजमान का की करो कोई मुलाजम मिली भुगत आ गई सूचना पुलिस दी जाए पुलिस उन्होंने ना पता गुप्त की कारवाई आप साल दस्त अंदर प्रोग्राम कराने मैं भी जिम्मेवार बन पर हम कि लोग देखो लोगों की बेबसी है तो तुम पता नहीं बच्चे मर रहे हैं शरेआम बिकता शरेआम बिकती चीज़ में जो रोकने वास्ते पब्लिक इकट्ठी होती है तो मैं नहीं कहता भी बेच जो इकट्ठे होंगे है किसी अग्रेसिव होकर किसी को फलती नहीं बोलना नहीं चाहिए पर बोलिया जाता है क्यों बोलिया जाता भावना उन्होंने की है कि लोगों के बच्चों बचाने बच्चे मर रहे हैं नशा इन्ना वध रहा पंजाब के हालात बद तो बद होंगे जा रहे थोड़े तो मांग करते सर साडा सहयोग दियो साढ़े तो सहयोग लो एक अद्धा काम मार के टंग दो जी लोगों टंगण हो जाऊंगा काम है मैं टंगोगे एक अद्धा सामने दिसूगा मैं तो बार बार थोड़ा इसी गल की बेनती कर मैनू तीन दिन का समा दे दो मैं काम आर के टंग दूंगा पर मैनू मैनू समा दे दो ताकि सही काम आ रहा जाए तो सही थान से टंगया जाए यह थोड़ा बेनती करता जे इस गल से थोड़ी सैटिस्फाई ना करा सकता तो आ चौंक इतने भी है पिंड पंचायत भी इतने लोग भी इतने धरना फिर जारी मैं थोड़ा बेनती करता सारे जने ठीक है जी मैनू सही तरीके तीन दिन दे दौ सही तरीके मैं तो काम कर सकता कल का परसों का चौंक बस तुम्हें इन्नी मैं बेनती कर यह मेरी बेनती स्वीकार करो मैं हल्के का DSP हाँ जिम्मेवार अहदे ते बैठना कल फिर थोड़ा जवाब दे गल करके जाऊंगा हल्की गल करके जाऊंगा तो फिर तीन दिन बाद आके की कहूंगा ठीक है जी पक्की गल की है जी उस बाद मैं जवाब ये मैं थोड़ा सारे मैं थोनू दो तीन गल कहनी इतने बैठे हो मैं तो किसी होर काम आया सू बैठा देख के तहत उस वे इतने खड़ा वेख के मैं थोड़े न गल करने लिए रोकया चलो उस बाद हम मैं वो काम समाप्त करके फिर थोड़े को आया जो थोड़िया गल् मैं पिछली बारी हूँ सुन के गया हजे तो अद्धा घंटा पहला तो ये कहना सी भी तू बंदा सी इन फड़ाया ठीक है जी पुलिस ने वो छड़ता वैसे पुलिस ने हम शायद थोड़ा मेरी गल का गुस्सा लगे पर जो हम थोड़े गल करना है तो सच्ची गल ही करो पुलिस ने उन्होंने उ हवा के नहीं छड़िया जी ठीक है जी उन्हों तो कोई उस तरह की कोई बरामदगी नहीं सी ये गल मैं थोड़े सारे के सामने कह रही मैं ये गल सच बोलने मैंने कोई वो दो रामा नहीं है हो सकता वो बंदे बिल्कुल माड़े होने तो थोड़ी गल 100% सही हो मैं इस गल की पड़ताल कर लूँगा मैं जो फरीदकोट का DSP हाँ तो यह मेरी जिम्मेवारी है तो मैं बकायदा इस गल की पड़ताल कर पर जे तुसीं मैनूं इह कहोगे वी इहनूं हुणे लिया के चौंक च पाहे ला दिओ मेरे कोल इह कानून शक्ति नहीं दिंदा मैं नहीं कर सकता मैं हाथ जोड़ के तुहानूं जवाब देवां ठीक है जी मौके ते उहनां तों कोई बरामदगी नहीं हुई फिर भी असी जो उहदे हिसाब नाल जायज कार्रवाई बनदी सी जिन्नी क बनदी सी असी उह करती जे तुसीं इस कार्रवाई नाल संतुष्ट नहीं हैगे तो तुहानूं संतुष्ट करना मेरा फर्ज है ठीक है जी इसे गल की मैं तनखा लैना ते बकायदा करूँगा ਉਹਦੇ ਲਈ ਤੁਸੀਂ ਮੈਨੂੰ ਤਿੰਨ ਦਿਨ ਦਾ ਸਮਾਂ ਦੇ ਦਿਓ ਇੱਥੇ ਇੱਕ ਭਾਈ ਸਾਹਿਬ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਮੈਨੂੰ ਇਹਨਾਂ ਦੀ ਗੱਲ ਬਿਲਕੁਲ ਠੀਕ ਲੱਗੀ ਵੀ ਜੀ ਉਹ ਬੰਦੇ ਮਾੜੇ ਆ ਉਹਨਾਂ ਨੂੰ ਬਕਾਇਦਾ ਚੈੱਕ ਕੀਤਾ ਜਾਵੇ ਅਤੇ ਉਹਨਾਂ 'ਤੇ ਰੇਡ ਕੀਤੀ ਜਾਵੇ ਅਤੇ ਹੋ ਸਕਦਾ ਇੱਕ ਮਿੰਟ ਵੀਰ ਮੈਨੂੰ ਗੱਲ ਕਰ ਲਿਆ ਅਤੇ ਹੋ ਸਕਦਾ ਰੇਡ ਦੇ ਦੌਰਾਨ ਉਹਨਾਂ ਤੋਂ ਕੋਈ ਵੱਡੀ ਬਰਾਮਦਗੀ ਵੀ ਹੋ ਸਕੇ ਆਪਾਂ ਉਹਨਾਂ ਦੇ ਖਾਤੇ ਫਰੋਲ ਲੈਂਦੇ ਹਾਂ ਉਹਨਾਂ ਦਾ ਫੋਨ ਫਰੋਲ ਲੈਂਦੇ ਹਾਂ ਉਹ 'ਚੋਂ ਕੋਈ ਨਾ ਕੋਈ ਗੱਲ ਨਿਕਲੇ ਆਊਗੀ
पेंडधारी के तौर पर जो थोड़ा पता भी वह बंदे माड़े है तो फिर कोई माड़े बंदे उन्होंने संपर्क भी होगा ठीक है ना। वो गल आप सारी वाच लें मैं आप वाच लैंना आपकी टीम ला देना थाने चो मसला बाहर कट लें एक मैनू तीन दिन का समा दे दौ ਉਹ ਬੰਦੇ ਆ ਮੈਨੂੰ ਉਹਨਾਂ ਦੀ ਘੋਖ ਪੜਤਾਲ ਕਰ ਲੈਣ ਦਿਓ ਉਹਨਾਂ 'ਤੇ ਰੇਡ ਕਰਾ ਲੈਣ ਦਿਓ ਉਹਨਾਂ ਦੇ ਘਰਾਂ ਦੀ ਤਲਾਸ਼ੀ ਕਰਾ ਲੈਣ ਦਿਓ ਠੀਕ ਹੈ। ਕੱਲ੍ਹ ਦੇ ਹਿਸਾਬ ਨਾਲ ਜੋ ਕਾਰਵਾਈ ਬਣਦੀ ਸੀ ਉਹ ਜਿੰਨੀ ਕੁ ਬਣਦੀ ਸੀ ਜਾਇਜ਼ ਜਿੰਨੀ ਕੁ ਸਾਨੂੰ ਕਾਨੂੰਨ ਇਜਾਜ਼ਤ ਦਿੰਦਾ ਉਹ ਅਸੀਂ ਕਰ ਦਿੰਦੇ। ਮੈਨੂੰ 3 ਦਿਨ ਦਾ ਸਮਾਂ ਦੇ ਦਿਓ ਮੈਂ ਰੇਡ ਕਰਾਊਂਗਾ ਘਰ ਸਰਚ ਕਰਾਊਂਗਾ ਖਾਤੇ ਵੀ ਫਰੋਲ ਲਾਂਗੇ ਫੋਨ ਵੀ ਫਰੋਲ ਲਾਂਗੇ ਸਾਰਾ ਕੁਝ ਫਰੋਲ ਲਾਂਗੇ ਅਤੇ ਤੁਹਾਡੇ ਨਾਲ ਡਿਸਕਸ ਵੀ ਕਰ ਲਾਂਗੇ ਠੀਕ ਹੈ। ਜਦੋਂ ਬੰਦੇ ਤੋਂ ਜਿਵੇਂ ਜਿਹੜੇ ਹਿਸਾਬ ਨਾਲ ਬਰਾਮਦਗੀ ਹੋਊਗੀ ਉਹਨੂੰ ਬਕਾਇਦਾ ਉਵੇਂ ਹੀ ਉਸੇ ਕੇਸ 'ਚ ਨਾਮਜ਼ਦ ਕਰ ਦਿੱਤਾ ਠੀਕ ਹੈ ਜੀ। ਇਹ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਅਸੀਂ ਕਾਨੂੰਨ ਦੇ ਬੰਨੇ ਹੋਏ ਹਾਂ ਕਾਨੂੰਨ ਦੇ ਹਿਸਾਬ ਨਾਲ ਹੀ ਚੱਲ ਸਕਦੇ ਹਾਂ। ਬਹੁਤ ਵਾਰੀ ਸਾਨੂੰ ਅੱਖ 'ਚ ਪਤਾ ਹੁੰਦਾ ਅੱਖ 'ਚ ਬੰਦਾ ਰੜਕਦਾ ਵੀ ਹੁੰਦਾ ਯਾਰ ਆ ਬੰਦਾ ਮਾੜਾ ਪਰ ਜਦ ਤੱਕ ਕੋਈ ਸਬੂਤ ਮੇਰੇ ਕੋਲ ਨਹੀਂ ਆਉਂਦਾ ਮੈਂ ਉਹਦੇ 'ਤੇ ਐਵੇਂ ਹਵਾ ਦੀ ਕੋਈ ਕਾਰਵਾਈ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇੱਥੇ ਕੋਈ ਐਵੇਂ ਝੂਠਾ ਲਾਰਾ ਲਾ ਜਾਂ ਜਸਟ ਧਰਨਾ ਚੁਕਾਉਣ ਦੇ ਵਾਸਤੇ ਅਤੇ ਮੁੜ ਕੇ ਮੈਂ ਉਹਦੇ ਪੂਰਾ ਨਾ ਪੈ ਸਕਾਂ ਮੈਂ ਇਹੋ ਜਿਹਾ ਅਫਸਰ ਹੈ। ਸੋ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਮੋਤਵਰਾਂ ਨੂੰ ਮੇਰੀ ਬੇਨਤੀ ਹੈ ਮੈਨੂੰ 3 ਦਿਨ ਦਾ ਸਮਾਂ ਦਿਓ 3 ਦਿਨ 'ਚ ਮੈਂ ਤੁਹਾਨੂੰ ਇਹਨਾਂ 'ਤੇ ਬਕਾਇਦਾ ਐਕਸ਼ਨ ਕਰਕੇ ਦਿਖਾਊਂਗਾ ਇਹ ਦੋ ਬੰਦੇ।